धर्म का द्वार मोक्ष द्वार संकीर्ण है, सूक्ष्म है। सात अठ गुणा होर ने जो बैंकों के बैंक स्टोर के स्टोर लुट के लगे नहीं पकड़े ए पकड़े क्योंकि जितने चोर सन इतनी पुलिस नहीं सी। जिन्हों दा लगे सब चुराण लग गए। मैं कीरत सिंह ने कहा मैं अमेरिका नालों फिर भारत चंगा है। कई प्रांतों च रात को रोज लाइट जाती है, एक भी चोर नहीं पकड़िया जा, कोई चोरी तो नहीं होती। मैं कि मैं तो समझदा सी हिंदुस्तान नालों अमेरिका बहुत अगे है, मैंने तो इंज लगता है चोरों का ही देश है। अब दो गए इन्ने चोर एक रात दे। दरअसल अगर कोई शरीफ है तो इस वास्ते है अजे चोरी करने का मौका नहीं बने। छोटा मौका मिले है वो गुरुद्वारे किसी दियां चप्पलां ही चुरा के लै गया, वड्डा मौका मिले है सारी गोलक हड़प कर गए। मौके की गल, छोटा मौका मिले है एक बंदे नूं लुटिया, वड्डा मौका मिले है सारे परिवार नूं लुटिया, और वड्डा मौका मिले सारी कौम नु लुटिया, और वड्डा मौका मिले सारे देश नु लुटिया, इस तो ज्यादा समर्थ है सारी दुनिया नु लुटी। इस दुनिया दे लुटेरे, देश दे लुटेरे, परिवार दे लुटेरे, कौम दे लुटेरे, व्यक्ति व्यक्ति दे लुटेरे मौजूद। समाज चोरां इन्ने ताले, साइकिल नो ताला लाओ, कार नो ताला लाओ, स्कूटर नो ताला लाओ, दुकान नो ताला लाओ, मकान नो ताला, हर पासे ही ताले ही ताले। ते ताले संतां तो डर रहे नहीं लाए जाते, चोरां तो डर रहे। इदा मतलब चोरी के चोर हर जगह मौजूद। गालबन अठ नौ साल पुराने गल है, इतिहासिक मंदिर है बनारस में शिव जी मुकुट चोरी है, तो मुकुट के उत्ते नीलम पन्ने जड़त सन करोड़ों का मुकुट चोरी है। सारे देश दे हलचल यूपी दे ते हलचल होने से, सारे यूपी दे बहुत वड्डे पद्धर ते हलचल है। इतिहासक वो कीमती मुकुट चोरी है। तीन महीनों बाद वो मुकुट फिर पुजारी को, तीन महीने अखबारों की खबर, टीवी की खबर। इदा मतलब जो पूजा कर रहा सी वह भी चोर से। बाद पता चलिया मुखिए भी नाल सन, तो मंदिर के जेडे मुंतजम सन वह भी चोर सन। अद हो गए समाज चोरां। जिन्हों मौका नहीं मिलिया बस शरीफ। जब मैनू कोई कहिंदा है दो लफ्ज़ मैं कह दिया,
ਵੀ ਫਲਾਣਾ ਤੇ ਬੜਾ ਤਿਆਗੀ ਹੈ। ਮੈਂ ਕਹਿੰਦਾ ਉਹਨਾਂ ਹੱਥ ਮਾਰਨ ਦਾ ਨਹੀਂ ਮੌਕਾ ਮਿਲਿਆ, ਆਪੇ ਹੀ ਤਿਆਗ। ਫਲਾਣਾ ਤੇ ਬੜਾ ਸਦਾਚਾਰੀ ਹੈ, ਦੁਰਾਚਾਰੀ ਹੋਣ ਦਾ ਮੌਕਾ ਨਹੀਂ ਮਿਲਿਆ, ਆਪੇ ਹੀ ਸਦਾਚਾਰੀ। ਫਿਰ ਸਾਰੀ ਮੌਕੇ ਮੌਕਾ ਛੋਟਾ ਮਿਲਿਆ, ਛੋਟਾ ਚੋਰ ਹੈ। ਮੌਕਾ ਵੱਡਾ ਮਿਲਿਆ ਤਾਂ ਵੱਡੀ ਚੋਰੀ ਹੋ ਗਈ। ਇਸ ਵਾਸਤੇ ਕਹਿੰਦੇ ਚੋਰ ਸਾਰੇ ਇੱਕੋ ਜਿਹੇ ਆਉਂਦੇ ਨੇ, ਚੋਰੀ ਛੋਟੀ ਹੁੰਦੀ ਹੈ, ਚੋਰੀ ਵੱਡੀ। ਇਸ ਪਾਵਨ ਪਵਿੱਤਰ ਵਾਗ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਚੋਰ ਕੀ ਹਾਮਾ ਭਰੇ ਨਾ ਕੋਏ। ਇਹ ਪਹਿਲੇ ਪਾਤਸ਼ਾਹ ਜੀ ਦਾ ਵਾਕ ਹੈ। ਅੱਜ ਜੋ ਹੁਕਮਨਾਮਾ ਆਇਆ, ਨਾਂ ਦਾ ਤਾਂ ਮੈਂ ਇਤਨੀ ਗੱਲ ਨਹੀਂ ਕਰਨੀ ਸੀ, ਗੁਰੂ ਨਾਨਕ ਦੇ ਸ਼ਬਦ ਨੂੰ ਟੇਕ ਬਣਾ ਕੇ ਇਤਨੀ ਗੱਲ ਆਖੀ। ਚਾਰੋਂ ਪਾਸੇ ਵਪਾਰ ਦੇ ਨਾਂ ਤੇ ਵੀ ਚੋਰੀ, ਰਾਜਨੀਤੀ ਦੇ ਨਾਂ ਤੇ ਵੀ ਚੋਰੀ, ਧਰਮ ਦੇ ਨਾਂ ਤੇ ਵੀ ਚੋਰੀ, ਚੋਰੀ ਚੋਰੀ ਚੋਰੀ। ਠੀਕ ਹੈ, ਪੁਲਿਸ ਹੈ, ਹੱਥਕੜੀਆਂ ਨੇ, ਜੇਲ੍ਹਾਂ ਨੇ, ਪਰ ਕਾਨੂੰਨ ਬਣਾਉਣ ਵਾਲੇ ਜੇ ਚੋਰ ਹੋਵਣ ਤੇ ਕੌਮ ਕਾਨੂੰਨ ਦੀ ਹਿਫਾਜ਼ਤ ਕਰਨ ਵਾਲੇ ਚੋਰ ਹੋਵਣ। ਸ਼ੇਖ ਸਾਦੀ ਸਾਹਿਬ ਦਾ ਇੱਕ ਬੋਲ ਚੇਤੇ ਆ ਰਿਹਾ, ਦੁਸ ਦੇ ਮੁਹਾਫਿਸ ਬਦ ਬਹੀ ਖਾ ਸ਼ੈਤਾਨ ਨਾਜ਼ਮ ਨੇ ਸਵਰ। ਦੁਸਦ ਕਹਿੰਦੇ ਨੇ ਚੋਰ, ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਮੈਂ ਤੇ ਦੇਖ ਕੇ ਦੰਗ ਹੋਇਆ, ਚੋਰ ਹੀ ਰਖਵਾਲੇ ਬਣੇ ਨੇ, ਚੋਰ ਹੀ ਪਹਿਰੇਦਾਰ ਬਣੇ। ਦੁਸ ਦੇ ਮੁਹਾਫਿਜ, ਮੁਹਾਫਿਜ ਕਹਿੰਦੇ ਨੇ ਰਖਵਾਲੇ ਪਹਿਰੇਦਾਰ, ਦੁਸਦ ਕਹਿੰਦੇ ਨੇ ਚੋਰ। ਦੁਸ ਦੇ ਮੁਹਾਫਿਜ ਬਦ ਬਹੀ ਖਾ ਸ਼ੈਤਾਨ ਨਾਜ਼ਮ ਨੇ ਸ਼ਵਦ। ਸ਼ਹਿਰ ਦਾ ਜਿਸਨੇ ਇੰਤਜ਼ਾਮ ਕਰਨਾ ਹੋਵੇ ਨਾ ਰਕਸ਼ਾ, ਉਹਨੂੰ ਜ਼ਿਲ੍ਹੇ ਵਿੱਚ ਅਮਨ ਅਮਾਨ ਕਾਇਮ ਰਹੇ। ਸ਼ੇਖ ਸਾਦੀ ਸਾਹਿਬ ਕਹਿੰਦੇ ਜਿਹੜਾ ਨਾਜ਼ਮ ਹੈ ਉਹ ਤੇ ਸ਼ੈਤਾਨ, ਜਿਹੜਾ ਪਹਿਰੇਦਾਰ ਹੈ ਉਹ ਤੇ ਚੋਰ ਹੈ, ਦੇਸ਼ ਦਾ ਰਖਵਾਲਾ ਖੁਦਾ ਹੀ ਹੈ। ਦੁਸ ਦੇ ਮੁਹਾਫਿਜ, ਭਾਵੇਂ ਇਰਾਨੀ ਸੂਫੀ ਸਨ ਤੇ ਉਸ ਸਮੇਂ ਆਪਣੇ ਇਰਾਨ ਦੀ ਗੱਲ ਕਰਦਾ, ਦੁਸ ਦੇ ਮੁਹਾਫਿਜ ਬਦ ਬਹੀ ਹਾ ਸ਼ੈਤਾਨ ਨਾਜ਼ਮ ਮੈਂ ਸ਼ਬਦ। ਜਿਸਨੇ ਇੰਤਜ਼ਾਮ ਕਰਨਾ ਹੈ ਸਾਰੇ ਸ਼ਹਿਰ ਦਾ, ਸਾਰੇ ਜ਼ਿਲ੍ਹਾ, ਉੱਥੇ ਸ਼ੈਤਾਨ। ਭੋਲਾ ਸਮਾਜ ਸੀ, ਐਸਾ ਨਹੀਂ ਸੀ। ਵਿਆਪਕ ਪੱਧਰ ਤੇ ਚੋਰੀ ਕਿਉਂ ਹੋ ਗਈ ਹੈ? ਇੱਕੋ ਹੀ ਪ੍ਰਭਾਵ ਹੈ ਮਨੁੱਖ ਦੇ ਮਨ ਤੇ ਧਨ ਦਾ, ਤੇ ਜੇ ਮੰਦਰ ਮਸਜਿਦ ਗੁਰਦੁਆਰੇ ਵੀ ਆਉਂਦਾ ਤੇ ਹੇ ਗੁਰੂ ਤੂੰ ਕਾਰੋਬਾਰ ਸਾਡਾ ਠੀਕ ਚਲਾਈ, ਧਨ ਆਉਂਦਾ ਰਹੇ ਭਾਵੇਂ ਤੂੰ ਮਿਲਦਾ ਭਾਵੇਂ ਨਾ ਮਿਲ, ਤੇਰੀ ਕੋਈ ਲੋੜ ਨਹੀਂ, ਤੁਹਾਡਾ ਕੰਮ ਧੰਦਾ ਚੱਲਦਾ। ਬੰਬੇ ਦੇ ਇੱਕ ਕਰੋੜਾਂਪਤੀ ਸੱਜਣ ਨੇ ਲੰਗਰ ਪਾਣੀ ਛਕਣ ਤੋਂ ਬਾਅਦ ਕਿਹਾ, ਗਿਆਨੀ ਜੀ ਅਰਦਾਸ ਕਰੋ, ਧਨ ਤੇ ਰੋਜ਼ ਦਾ ਉਹਦੇ ਕੋਲ ਇਤਨਾ ਆਉਂਦਾ ਹੈ, ਮੇਰੇ ਘਰ ਗਿਣਨ ਵਾਸਤੇ 8-10 ਬੰਦੇ ਬੈਠਦੇ ਹੋਣ ਕਿ ਰੋਜ਼ ਦੀ ਆਮਦਨ। ਮੈਂ ਕਿਹਾ ਗੁਰਮੁਖੋ ਕੀ ਅਰਦਾਸ ਕਰਨੀ ਹੈ? ਕਹਿੰਦੇ ਕਿ ਧੰਦਾ ਚੱਲਦਾ ਰਹੇ ਤੇ ਹੋਰ ਵਾਧਾ ਹੋਵੇ, ਗੁਰੂ ਵਾਧਾ ਹੋਵੇ। ਮੈਂ ਕਿਹਾ ਅਜੇ ਵੀ ਰਜਿਆ ਕੋਈ ਨਹੀਂ, ਆਪਦੀ ਗਿਆਖਲੀ ਅਰਜ਼ ਕਰਾਂ, ਕੇਵਲ ਧਨ ਦਾ ਪ੍ਰਭਾਵ। ਐਸੇ ਮਨੁੱਖ ਦਾ ਪਾਠ ਪੂਜਾ ਦਾਨ ਪੁੰਨ ਸੇਵਾ ਸਿਮਰਨ ਕਥਾ ਕੀਰਤਨ ਕੇਵਲ ਧਨ ਲਈ ਹੈ, ਧਰਮ ਲਈ ਨਹੀਂ, ਪਰਮਾਤਮਾ ਲਈ ਨਹੀਂ, ਗੁਰੂ ਲਈ। ਕਿਉਂਕਿ ਸਮਾਜ ਚੋਰਾਂ ਦਾ ਹੈ ਤੇ ਧਨ ਨੂੰ ਛੁਪਾ ਕੇ ਰੱਖਣਾ ਪੈਂਦਾ। ਕਬੀਰ ਕਹਿੰਦੇ ਨੇ ਹੀਰੇ ਤੇ ਗਲੀ ਗਲੀ ਪਏ ਨੇ, ਹਰ ਪਾਸੇ ਪਏ, ਕੋਈ ਲੁੱਟਦਾ ਹੀ ਨਹੀਂ, ਕੋਈ ਚੁਰਾਉਂਦਾ ਹੀ ਨਹੀਂ।
ਇਹ ਵਾਕ ਵੀ ਸੁਣ। ਰਾਮ ਨਾਮ ਕੀ ਲੂਟ ਹੈ, ਲੂਟ ਸਕੇ ਤੋ ਲੂਟ। ਰਾਮ ਦਾ ਨਾਮ ਵਡਮੁੱਲਾ ਹੀਰ ਹੈ, ਦੁਨੀਆ ਦੀ ਸਾਰੀ ਦੌਲਤ ਨਿਛਾਵਰ ਕੀਤੀ ਜਾ ਸਕਦੀ ਉਸ ਹੀਰੇ। ਕਬੀਰ ਕਹਿੰਦੇ ਜਿਤਨਾ ਲੁੱਟਣਾ ਹੈ ਲੁੱਟ ਲੈ। ਰਾਮ ਨਾਮ ਕੀ ਲੂਟ ਹੈ, ਲੂਟ ਸਕੇ ਤੋ ਲੂਟ, ਫਿਰ ਪਾਛੇ ਪਛਤਾਓਗੇ ਜਬ ਪ੍ਰਾਣ ਜਾਏਗੇ। ਲੁੱਟਿਆ ਨਹੀਂ, ਚੁਰਾਇਆ ਨਹੀਂ, ਬਾਜ ਚ ਪਛਤਾ ਪਵੇਗਾ। ਸੰਸਾਰ ਵਿੱਚ ਕੀਤੀ ਹੋਈ ਧਨ ਦੀ ਚੋਰੀ, ਬੇਮਾਨੀ, ਠੱਗੀ, ਅੰਤਿਮ ਸਮੇਂ ਸਿਵਾਏ ਪਛਤਾਪ ਤੋਂ ਹੋਰ ਕੁਛ ਨਹੀਂ ਹੁੰਦਾ। ਅੰਤਿਮ ਸਮੇਂ ਮਨੁੱਖ ਰੋਂਦਾ ਹੈ ਤੇ ਪਿੜਦਾ ਹੈ ਤੇ ਸਾਰੇ ਦੁੱਖਾਂ ਦੇ ਭੋਗ ਭੋਗਣੇ ਪੈਂਦੇ ਨੇ, ਇਸੇ ਹੀ ਸ਼ਬਦ ਚ ਆ ਜਾਏਗਾ। ਲੇਕਿਨ ਰਾਮ ਨਾਮ ਲੁੱਟਿਆ ਨਹੀਂ, ਚੁਰਾਇਆ ਨਹੀਂ, ਅੰਤਿਮ ਸਮੇਂ ਬਸ ਇਹ ਪਛਤਾਵਾ ਹੋਵੇਗਾ, ਮੈਂ ਨਹੀਂ ਲੁੱਟਿਆ, ਕਾਸ਼ ਲੁੱਟ ਲੈ, ਕਾਸ਼ ਲੁੱਟ ਲੈ। ਧਨ ਦੇ ਲੁੱਟਣ ਵਾਲੇ ਨੂੰ ਲੁਟੇਰਾ ਕਹਿੰਦੇ ਨੇ, ਨਾਮ ਦੇ ਲੁੱਟਣ ਵਾਲੇ ਨੂੰ ਸੰਤ ਕਹਿੰਦੇ ਨੇ, ਗੁਰਮੁਖ ਕਹਿੰਦੇ ਨੇ, ਬ੍ਰਹਮ ਗਿਆਨੀ ਕਹਿੰਦੇ, ਭਗਤ ਕਹਿੰਦੇ। ਧਨ ਦੇ ਲੁੱਟਣ ਲੁਟੇਰੇ ਅਗਰ ਗ੍ਰਿਫ ਦੇ ਚ ਆ ਜਾਣ, ਪਕੜ ਦੇ ਚ ਆ ਜਾਣ, ਅਪਮਾਨਿਤ ਹੁੰਦੇ ਨੇ। ਨਾਮ ਦਾ ਲੁਟੇਰਾ ਉਹਦਾ ਤੇ ਸਨਮਾਨ ਪਰਮਾਤਮਾ ਆਪ ਕਰਦਾ, ਸਾਰਾ ਸੰਸਾਰ ਕਰਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਵਾਕ ਦੇ ਜੋ ਕਹਿ ਰਹੇ ਨੇ, ਆਖਰੀ ਅਰਥ ਮੈਂ ਆਰੰਭ ਕਰਾਂ, ਲੇਟ ਤੁਹਾਨੂੰ ਨਾ ਕਰਾਂ, ਲੇਕਿਨ ਇੱਕ ਨੁਕਤਾ ਭਾਵਪੂਰਕ ਹੋਰ ਤੁਹਾਡੇ ਸਾਹਮਣੇ ਰੱਖਦੇ ਹਾਂ। ਚੋਰ ਦੇ ਅੰਦਰ ਚੋਰੀ ਹਰ ਵਕਤ ਚੱਲਦੀ, ਘਰ ਦੇ ਚ ਬੈਠਾ ਹੈ, ਬਾਜ਼ਾਰ ਦੇ ਚ ਬੈਠਾ ਹੈ, ਮੰਦਿਰ ਮਸਜਿਦ ਗੁਰਦੁਆਰੇ ਚ ਬੈਠਾ ਹੈ, ਕਿਧਰੇ ਵੀ ਹਰ ਵਕਤ ਚੱਲ। ਚੋਰ ਦੇ ਅੰਦਰ ਚੋਰੀ ਹਰ ਵਕਤ ਚੱਲਦੀ ਹੈ। ਚੋਰ ਚੋਰੀ ਕਰਨ ਦੇ ਚ ਉਦੋਂ ਸਫਲ ਹੋ ਜਾਂਦਾ ਹੈ ਜਿੱਥੇ ਉਸਨੂੰ ਮੌਕਾ ਮਿਲਦਾ, ਕਿਉਂਕਿ ਮੌਕਾ ਹਰ ਵਕਤ ਨਹੀਂ ਹੈ, ਹਰ ਜਗ੍ਹਾ ਨਹੀਂ। ਸੰਤ ਦੇ ਅੰਦਰ ਦਇਆ ਭਾਵ ਹਰ ਵਕਤ ਚੱਲਦਾ, ਸੰਤ ਦੇ ਅੰਦਰ ਦਾਨੀ ਬਿਰਤੀ ਹਰ ਵਕਤ ਚੱਲਦੀ ਹੈ। ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਲੋੜ, ਜਿੱਥੇ ਲੋੜ। ਮੇਰੇ ਖਿਆਲ ਗੱਲ ਪਕੜ ਦੀ ਚਾਹੀ ਹੋਵੇ, ਮੈਂ ਇੱਕ ਦਫਾ ਫਿਰ ਦੌੜ। ਚੋਰ ਹਰ ਵਕਤ ਚੋਰ ਹੈ ਕਿਉਂਕਿ ਚੋਰੀ ਉਸਦੇ ਅੰਦਰ ਹਰ ਵਕਤ ਚੱਲਦੀ। ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਕਦੋਂ, ਜਿੱਥੇ ਮੌਕਾ ਮਿਲਦਾ, ਮੌਕਾ। ਸੰਤ ਦੇ ਅੰਦਰ ਦਇਆ ਤੇ ਦਾਨ ਬਿਰਤੀ ਹਰ ਵਕਤ ਚੱਲਦੀ, ਹਰ ਵਕਤ ਚੱਲਦੀ। ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਲੋੜ ਪੈ, ਜਿੱਥੇ ਉਸਨੂੰ ਲੋੜ ਮਹਿਸੂਸ ਹੁੰਦੀ ਹੈ ਵੀ ਹਾਂ ਇੱਥੇ ਮੇਰੀ ਦਇਆ ਕ੍ਰਿਤ ਰੂਪ ਵਿੱਚ ਪ੍ਰਗਟ ਹੋ ਗਿਆ। ਇੱਕ ਖੋ ਕੇ ਖੁਸ਼ ਹੁੰਦਾ, ਇੱਕ ਦੇ ਕੇ ਖੁਸ਼ ਹੁੰਦਾ। ਜੋ ਖੋ ਕੇ ਖੁਸ਼ ਹੈ ਸੰਸਾਰੀ ਹੈ, ਲੁਟੇਰਾ ਹੈ, ਜੋ ਦੇ ਕੇ ਪ੍ਰਸੰਨ ਹੁੰਦਾ ਹੈ ਸੰਤ ਹੈ, ਗੁਰਮੁਖ ਹੈ, ਭਗਤ ਹੈ। ਅਕਸਰ ਮਨੁੱਖ ਖੋ ਕੇ ਹੀ ਖੁਸ਼ ਹੁੰਦਾ ਹੈ। ਚੋਰ ਫਿਰ ਮਿਠਾਈਆਂ ਵੰਡਦੇ ਨੇ ਜਦ ਚੋਰੀ ਦੇ ਸਫਲ ਹੋ ਜਾਂਦੇ, ਡਕੈਤ ਸਾਰੀ ਰਾਤ ਨੱਚਦੇ ਨੇ ਤੇ ਗੀਤ ਗਾਉਂਦੇ ਨੇ ਜਦ ਡਾਕਾ ਡਾਲਣ ਦੇ ਸਫਲ ਹੋ ਜਾਂਦੇ। ਪਰ ਉਪਕਾਰ ਦਾ ਕਿਧਰੇ ਮੌਕਾ ਮਿਲ ਗਿਆ, ਬ੍ਰਹਮ ਗਿਆਨੀ ਪਰ ਉਪਕਾਰ ਹੋਵਾਂ, ਉਦੋਂ ਉਹਦੇ ਅੰਦਰ ਉਤਸ਼ਾਹ, ਉਮੰਗ ਤੇ ਖੇੜਾ ਪੈਦਾ ਹੋ ਜਾਂਦਾ ਜਦ ਕਿਧਰੇ ਉਸਨੂੰ ਪਰ ਉਪਕਾਰ ਕਰਨ ਦਾ ਮੌਕਾ ਮਿਲਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਚੋਰ ਦੀ ਮਨੋਬਿਰਤੀ ਤੇ ਕਿਰਿਆ ਇਸ ਪਾਵਨ ਪਵਿੱਤਰ ਵਾਕ ਵਿੱਚ ਬਿਆਨ ਕਰ ਰਹੇ ਨੇ,
ਅਖਰੀ ਅਰਥਾਂ ਦੇ ਰੂਪ ਵਿੱਚ ਆ ਸਰਵਨ ਕਰੋ ਧਨਾ ਸਹੀ ਰਾਗ ਦਾ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਮਹਾਨ ਵਾਕ।